ਵੱਧਦੇ ਸਾਡੇ ਨਾਲ ਲੜਨ ਨੂੰ ਫਿਰਦੇ ਸੀ ਬੇਟੀ ਨਾਲ ਲੜਦੇ ਸੀ ਕਿ ਮੇਰੇ ਨਾਲ ਨਹੀਂ ਸੀ ਲੜਦੇ ਬੇਟੀ ਨਾਲ ਲੜਦੇ ਸੀ ਕਿ ਤੈਨੂੰ ਬਾਹਰ ਨਹੀਂ ਜਾਣ ਦੇਣਾ ਦੁਬਾਰੇ ਕੈਨੇਡਾ ਨਹੀਂ ਜਾਣ ਦੇਣਾ ਬੇਟੀ ਕੌਣ ਲੜਦਾ ਸੀਗਾ ਇਹ ਭਾਲ ਸਿੰਘ ਗੁਰਸਾਹਿਬ ਸਿੰਘ ਆ ਇਹ ਆਪਣੇ ਆਪ ਨੂੰ ਲਿਖਦਾ ਹੈ ਲੇਕਿਨ ਇਹ ਹਰਪਾਲ ਸਿੰਘ ਹੈ ਇਹ ਆਪਣੇ ਸ਼ਹੀਦ ਹੋਏ ਭਰਾ ਦੇ ਨਾਂ ਤੇ ਜੀਣਦੇ ਆ ਅੱਛਾ ਜੀ ਉਹਦਾ ਨਾਂ ਗੁਰਸਾਹਿਬ ਸਿੰਘ ਸੀ ਇਹਦਾ ਨਾਂ ਹਰਪਾਲ ਸਿੰਘ ਸੀ ਇਹ ਗੁਰਸਾਹਿਬ ਸਿੰਘ ਜਿਹੜਾ ਸੀ ਇਹ ਹਰਪਾਲ ਸਿੰਘ ਦੇ ਨਾਂ ਤੇ ਭਰਤੀ ਹੋਇਆ ਸੀ ਹੁਣ ਇਹ ਜਿੰਦਾ ਜਿਹੜਾ ਇਹ ਆਪਣੇ ਆਪ ਨੂੰ ਗੁਰਸਾਹਿਬ ਸਿੰਘ ਲਿਖਦਾ ਪਰ ਇਹ ਹੈਗਾ ਹਰਪਾਲ ਸਿੰਘ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਹੋਈ ਅਸੀਂ ਆਪਣੇ ਘਰ ਸਾਗ ਤੋੜਦੇ ਸੀ ਅਤੇ ਬੇਟੀ ਦੇ ਨਾਲ ਝਗੜੀ ਆ ਇਹ ਕੰਧ ਉੱਤੇ ਇੱਕ ਪਰਸੋਂ ਦੀ ਬੇਟੀ ਦੇ ਪਿੱਛੇ ਪਈ ਸੀ ਪਰਸੋਂ ਮੈਨੂੰ ਵੇਖ ਕੇ ਪਿਛਾਂਹ ਮੁੜ ਗਈ ਆ ਅਤੇ ਇਹ ਕੱਲ੍ਹ ਇਹ 12 ਕੁ ਵਜੇ ਨਾ ਇੱਕ ਮਜਬੀ ਸਿੰਘ ਵਾਲੀ ਨਹੁੰ ਦੇ ਸਾਗ ਤੋੜਨ ਲੱਗ ਪਈਆਂ ਉੱਥੇ ਲੱਗ ਗਈ ਇਹ ਕੰਧ ਉੱਤੇ ਆਣ ਕੇ ਅਤੇ ਇਹਨਾਂ ਨਾਲ ਝਗੜੀ ਆ ਬੇਟੀ ਦੇ ਨਾਲ ਹਰਪਾਲ ਸਿੰਘ ਦੀ ਪਤਨੀ ਪਤਨੀ ਬਲਵਿੰਦਰ ਕੌਰ ਉਹ ਸਮੈਕ ਪੀਂਦੀ ਆ ਸ਼ਰਾਬ ਵੀ ਪੀਂਦੀ ਆ ਨਸ਼ਾ ਕਰਦੀ ਗੋਲੀਆਂ ਵੀ ਖਾਂਦੀ ਆ ਅੱਜ ਫਿਰ ਕੀ ਗੱਲ ਹੋਈ ਅੱਜ ਕੁਛ ਨਹੀਂ ਅੱਜ ਸਵੇਰ ਦਾ ਉਹ ਗਾਲਾਂ ਕੱਢਦਾ ਸੀ ਸ਼ਰਾਬ ਪੀ ਕੇ ਸਾਨੂੰ ਅੱਛਾ ਜਦੋਂ ਜਰਾ ਗਾਲਾਂ ਕੱਢਦਾ ਸੀ ਤੇ ਮੈਂ ਕਿਸੇ ਗਵਾਂਢੀ ਦੇ ਘਰ ਗਈ ਸੀ ਲਾਗੇ ਮੈਨੂੰ ਜ਼ਰੂਰੀ ਕੰਮ ਸੀ ਅਤੇ ਮੈਂ ਜਦੋਂ ਆਈ ਆ ਮੇਰੇ ਆਉਂਦਿਆਂ ਨੂੰ ਇਹ ਇੱਕ ਦੂਜੇ ਦੇ ਮੂੰਹਾਂ ਦੇ ਵੇਹਦੇ ਪਰ ਇਹਨਾਂ ਮੈਨੂੰ ਦੱਸਿਆ ਨਹੀਂ ਵੀ ਕੀ ਹੋਇਆ ਇਹਨਾਂ ਨੇ ਹੈਲਪਲਾਈਨ 'ਤੇ ਕਾਲ ਕਰਤੀ ਉਹਨਾਂ ਕਿਹਾ ਮੁਲਾਜ਼ਮ ਆ ਗਏ ਆ ਅਤੇ ਰੌਲਾ ਪਿਆ ਅਤੇ ਮੈਂ ਰਸੋਈ 'ਚੋਂ ਆਵਾਜ਼ ਦਿੱਤੀ ਮੈਂ ਕੀ ਹੋਇਆ ਹੈ ਕੌਣ ਆ ਇੱਥੇ ਰੌਲਾ ਕਹਿੰਦਾ ਪੈਂਦੇ ਆ ਅਤੇ ਇਹ ਜਿਹਨੇ ਦੱਸਿਆ ਨਹੀਂ ਬੱਚਿਆਂ ਨੇ ਉਹਨਾਂ ਚਿਰ ਨੂੰ ਆਹਦੇ ਆਹ ਗੱਲ ਹੋਈ ਇਹਨੇ ਮੈਨੂੰ ਦੱਸ ਦਿੱਤਾ ਵਾ ਅਤੇ ਮੈਂ ਇਹਨਾਂ ਨੂੰ ਉਰੇ ਆ ਜਾਓ ਉਹਦੇ 'ਚ ਉਹਨਾਂ ਨੇ ਮੁਲਾਜ਼ਮ ਦੇ ਵੀ ਕੱਪੜੇ ਕੁੱਪੜੇ ਪਾੜਦੇ ਪੱਗ ਲਾ ਦਿੱਤੀ ਮੁਲਾਜ਼ਮ ਦੇ ਵੀ ਗੱਲ ਪੈ ਗਿਆ ਉਹ ਤੋਂ ਲਿਆ ਕੇ ਦੰਦਾਲੀ ਦੇ ਸਿੱਧੀਆਂ ਬੋਲਦੇ ਨੇ ਸਾਡੇ ਘਰ ਖਲੋਤਿਆਂ ਦੀ ਪੁਲਿਸ ਦੀ ਮੌਜੂਦਗੀ 'ਚ ਮੌਜੂਦਗੀ ਦੇ ਵਿੱਚ ਕਿੰਨੇ ਜਾਣੇ ਦੇ ਲੱਗੇ ਆ ਤੁਹਾਡੇ ਪਤਾ ਨਹੀਂ ਉਹਨਾਂ ਦੇ ਕਿੰਨੇ ਜਾਣੇ ਦੇ ਲੱਗੀ ਗੋਲੀ ਉਹਨਾਂ ਦੇ ਵੀ ਲੱਗੀ ਇੱਕ ਜਾਣੇ ਤੁਹਾਡੇ ਵੀ ਛੇਰੇ ਵੱਜੇ ਹਾਂ ਮੇਰੀ ਆ ਬਾਹ ਦੇ ਵੱਜੇ ਆ ਤੁਹਾਡੀ ਬੇਟੀ ਦੇ ਵੱਜੇ ਬੇਟੀ ਦੇ ਵੱਜੇ ਬੇਟੇ ਦੇ ਬੇਟੇ ਦੇ ਪੈਰ ਲੱਤ 'ਚ ਵੱਜੇ ਹੁਣ ਪੁਲਿਸ ਨੇ ਕੀ ਆਸਵਾਸ਼ਨ ਦਵਾਇਆ ਉਹਨਾਂ ਨੇ ਕਿਹਾ ਵਾ ਕਿ ਮਤਲਬ ਅਸੀਂ ਕਾਰਵਾਈ ਕਰਾਂਗੇ ਮਤਲਬ ਖੂਨ ਉਹਨਾਂ ਦਾ ਆਇਆ ਸਾਨੂੰ ਭਰੋਸਾ ਪੁਲਿਸ ਨੇ ਕਾਰਵਾਈ ਕਰੇਗੀ ਹਾਂ ਕਰੇ ਚਲੋ ਵੇਖੋ ਕੀ ਕਰਦੇ ਹੁਣ ਇਹ ਸੀ ਮੈਂ ਕੁਛ ਕਹਿ ਸਕਦੀ ਉਹ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਦਾ ਲਾਇਸੈਂਸ ਵੀ ਜ਼ਬਤ ਹੋ ਜੇ ਇਹਨਾਂ ਦਾ ਦੋਵਾਂ ਜੀਆਂ ਦਾ ਟੈਸਟ ਹੋਵੇ ਇਹਦੇ ਦੋਵੇਂ ਮੁੰਡੇ ਵੀ ਨਾਲ ਸੀ ਇਹ ਨਿਸ਼ਾਨਦੀਪ ਸਿੰਘ ਤੇ ਹਰਮਨਦੀਪ ਸਿੰਘ ਇਹ ਵੀ ਦੋਵੇਂ ਨਾਲ ਸੀ ਉਸਦੇ ਗੱਲ ਇਹ ਵੀ ਪਏ ਇਹਦੇ ਬੱਚੇ ਦੋਵੇਂ ਚਾਰੇ ਜਾਣੇ ਇਹ ਪਰਚੇ ਦੇ ਵਿੱਚ ਹੋਣੇ ਚਾਹੀਦੇ ਇਹਨਾਂ ਦੋਵਾਂ ਜਿਹੜੇ ਦੋਵੇਂ ਧਿਰਾਂ ਜਾਂ ਗਾਂਢੀ ਗੁਆਂਢੀਆਂ ਹੈ ਇਹਨਾਂ ਦਾ ਕੋਈ ਆਪਸ 'ਚ ਝਗੜਾ ਹੋਇਆ ਸੀ ਅਤੇ ਇਹਨਾਂ ਇੱਕ ਕੰਪਲੇਂਟ ਵੀ ਕੀਤੀ 112 'ਤੇ ਸਾਡੀ ਪੁਲਿਸ ਪਾਰਟੀ ਜਦੋਂ ਗਈ ਅੱਜ ਸਾਡੀ ਪੁਲਿਸ ਪਾਰਟੀ ਰਸਤੇ 'ਚ ਸੀ ਅਤੇ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਹਰਪਾਲ ਸਿੰਘ ਨੇ ਜਿਹੜੇ ਗੁਆਂਢਣ 'ਤੇ ਫਾਇਰ ਕਰਤਾ ਅਤੇ ਇੱਕ ਉਹਦੇ ਲੜਕੇ ਨੇ ਫਾਇਰ ਕੀਤਾ ਅਤੇ ਜਿਹੜਾ ਉਹਦੀ ਪਤਨੀ ਨੇ ਲਲਕਾਰਾ ਮਾਰਿਆ ਅਤੇ ਇਹ ਜਿਹੜੇ ਮੁੜ ਕੇ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਕੇ ਮੁਕੱਦਮਾ ਦਰਜ ਕਰਤਾ ਵਾ ਅਤੇ ਤਫਤੀਸ਼ ਜਾਰੀ ਸਰ ਮੁਦਈ ਜਿਹੜੀ ਅਮਰਜੀਤ ਕੌਰ ਹੈ ਉਹਦਾ ਕਹਿਣਾ ਹੈ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚੱਲੀਆਂ ਅਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੀ ਉਹ ਹੱਥੋਂ ਪਾਈ ਹੋਏ ਆ ਗੱਲ ਪਏ ਆ ਉਹ ਕੋਈ ਸਰ ਸਾਹਮਣੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਅਤੇ ਸਰ ਮੁਲਜ਼ਮ ਨੂੰ ਫੜਨ ਦੀ ਕੋਈ ਛਾਪੇਮਾਰੀ ਵਗੈਰਾ ਕੀਤੀ ਜਾ ਰਹੀ ਹਾਂ ਮੁਲਜ਼ਮ ਦੇ ਅਸੀਂ ਕੱਲ੍ਹ ਲੋਕੇਸ਼ਨ ਲਾ ਕੇ ਉਹਦਾ ਪਿੱਛਾ ਕੀਤਾ ਹੈ ਔਰ ਬਾਅਦ 'ਚੋਂ ਕਾਮਯਾਬ ਨਹੀਂ ਮਿਲੀ ਅੱਜ ਵੀ ਰੇਡ ਕੀਤੇ ਜਾ ਰਹੇ ਰਿਸ਼ਤੇਦਾਰੀਆਂ ਦੇ ਕਿਹੜੀ ਕਿਹੜੀ ਧਾਰਾ ਲਾ ਕੇ ਪਰਚਾ ਲੱਗੇ ਧਾਰਾ 307, 506, 34, 25, 27, 54 ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਮੁਸਲਮਾਨੀ ਰੂਹਾਨੀਆਂ ਤੇ ਕਾਲੇ ਇਲਮ ਦੇ ਮਾਹਿਰ ਮੀਆਂ ਫਰੀਦ ਅਲੀ ਸੰਪਰਕ ਕਰੋ 98559-31603 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਾਓ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਖੁਆ ਪਿਆਰ ਵਾਪਸ ਪਾਉਣਾ ਤਲਾਕ ਕੇਸ ਵਿਦੇਸ਼ ਵਿੱਚ ਪੱਕਾ ਹੋਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ